ਸਤਿ ਸ਼੍ਰੀ ਅਕਾਲ ਢਿੱਲੋਪਸ ਪੰਜਾਬੀ ਤੁਸੀਂ ਦੇਖ ਰਹੇ ਹੋ ਲਗਾਤਾਰ ਦੇਖਿਏ ਤਾਂ ਸਰਕਾਰ ਬਦਲਦੀ ਹੈ ਬਹੁਤ ਸਾਰੇ ਚੀਜ਼ਾਂ ਬਦਲਣ ਲੱਗੀਆਂਗੇ ਹੁਣੀ-ਹੁਣੀ ਆਰਡਰ ਵੀ ਆ ਗਏ ਕਿ ਆਖਰ ਜਿੰਨੀ ਸਕਿਉਰਟੀ ਮੰਤਰੀ ਵਿਧਾਇਕਾਂ ਦੇ ਕੋਲ ਸੀ ਉਹ ਵੀ ਸਾਰੀ ਵਿਡਰੋ ਕਰ ਲਈ ਜਾਵੇ ਤੇ ਚਿੱਠੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਕਿਉਰਟੀ ਦਾ ਇਸ ਦੀ ਗੱਲ ਹੈ ਕਿ ਵਾਪਸ ਹੁਣੀ ਸ਼ੁਰੂ ਹੋ ਜੂ ਅ ਖੜੇ ਐਕਸ ਸੀ ਐਮ ਜੇ ਕਹੀਏ ਕਿ ਚੰਜੀ ਚੰਨੀ ਹੋਰਾਂ ਦੇ ਘਰ ਦੇ ਅੱਗੇ ਹਾਲਾਂਕਿ ਕਾਰਜਕਾਰੀ ਤੌਰ ਤੇ ਹਜੇ ਉਹਨਾਂ ਨੂੰ ਰੱਖਿਆ ਹੋਇਆ ਹੈ ਕਿਉਂਕਿ ਜਦੋਂ ਤੱਕ ਭਗਵੰਤ ਮਾਨ ਸੌਣੀ ਚੁੱਕ ਲਾਂਦੇ ਖੈਰ ਉਹ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਗਿਆ ਦਾਵਾ ਹੀ ਇਹ ਇਹ ਫੈਂਸਿੰਗ ਉਦੋਂ ਲਾਈ ਗਈ ਸੀ ਜਦੋਂ ਲੋਕ ਬਹੁਤ ਵੱਡੀ ਗਿਣਤੀ ਚਾਉਣ ਲੱਗੇ ਸੀਗੀ ਇਹ ਫੈਂਸਿੰਗ ਕਰਾਈ ਗਈ ਆਸ-ਪਾਸੇ ਦੇ ਪੂਰਾ ਪਾਰਕ ਹੈ ਜਿਹੜਾ ਉਹਨੂੰ ਕਵਰ ਕੀਤਾ ਗਿਆ ਸਾਹਮਣੇ ਵਾਲੇ ਪਾਸੇ ਵੀ ਹੁਣ ਦੇਖੋ ਸਕਿਉਰਿਟੀ ਲਗਾਤਾਰ ਰਹਿਣ ਲੱਗੀ ਹੈ ਸਕਿਉਰਿਟੀ ਵਾਸਤੇ ਥੋੜੀ ਜਿਹੀ ਦਿੱਕਤ ਉਦੋਂ ਇਹ ਵੱਧ ਗਈ ਸੀ ਕਿ ਹਰੇਕ ਲੀਡਰ ਜਾਂ ਸਿਆਸਤਦਾਨ ਦੀ ਜਦੋਂ ਗੱਲ ਕਰਦੇ ਆ ਤਾਂ ਉਦੋਂ ਹੁੰਦਾ ਇਹ ਹੈ ਕਿ ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਉਮਮਤ ਤੌਰ ਤੇ ਆਮ ਲੋਕ ਜਿਵੇਂ ਕਹਿੰਦੇ ਹੁੰਦੇ ਨੇ ਕਿ ਕਈ ਆ ਚੀਜ਼ਾਂ ਨੂੰ ਸ਼ੁਭ ਮੰਨਦੇ ਨੇ ਜਾਂ ਸ਼ੁਭ ਮੰਨਦੇ ਨੇ ਤਾਂ ਇਸ ਚੀਜ਼ਾਂ ਨੂੰ ਦੇਖਦੇ ਹੋਏ ਇਹ ਚੀਜ਼ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਜਦੋਂ ਅਲੱਗ-ਅਲੱਗ ਸੈਸੀ ਲੀਡਰ ਕੋਲ ਜਾਂਦੇ ਆ ਖੈਰ ਚੰਨੀ ਹੋਰਾਂ ਦੀ ਗੱਲ ਕਰੀਏ ਤਾਂ ਚਰਨਜੀਤ ਚੰਨੀ ਕੋਲ ਜਦੋਂ ਕੈਬਨਿਟ ਮੰਤਰੀ ਬਣਦੇ ਨੇ ਤਾਂ ਇਹ ਕੋਠੀ ਆ ਜਿਹੜੀ ਕਿਉਂਕਿ ਇਹ ਕੋਠੀਆਂ ਜਿਹੜੀਆਂ ਨੇ ਕਿ ਦਿੱਤੀਆਂ ਜਾਂਦੀਆਂ ਨੇ ਕੈਬਨਿਟ ਮੰਤਰੀਆਂ ਨੂੰ ਇਹ ਚਰਨਜੀਤ ਚੰਨੀ ਦੀ ਕੋਠੀ ਨਾਲ ਮਨਪ੍ਰੀਤ ਬਦਲ ਦੀ ਕੋਠੀ ਉਸ ਤੋਂ ਅੱਗੇ ਐਡਵੋਕੇਟ ਜਨਰਲ ਦੀ ਕੋਠੀ ਐਡਵੋਕੇਟ ਜਨਰਲ ਵਾਲੀ ਕੋਠੀ ਹਾਲਾਂਕਿ ਲਾਸਟ ਟਾਈਮ ਦੇ ਵਿੱਚ ਸੁਖਜਿੰਦਰ ਰੰਧਾਵਾ ਕੋਲ ਸੀਗੀ ਹੁਣ ਸੁੰਨਸਨਾਟਾ ਤਾਂ ਤੁਸੀਂ ਦੇਖ ਹੀ ਲਿਆ ਕਿਵੇਂ ਕੌਂ ਪੈਂਦੇ ਨੇ ਕਿ ਆਕਰ ਸੁਰੱਖਿਆ ਕਰਮੀ ਖੜੇ ਨੇ ਇੱਕ ਇੱਕ ਦੋ ਦੋ ਖੜੇ ਨੇ ਅੱਗੇ ਜਿਵੇਂ ਹੁਣ ਐਸੀ ਇੱਥੇ ਖੜੇ ਆ ਤਾਂ ਉਹ ਵੀ ਬਹੁਤ ਜੇ ਕਿਹਾ ਜਾਵੇ ਰਿਸਟ੍ਰਿਕਟਡ ਮੌਕਿਆਂ ਦੇ ਉੱਤੇ ਖੜਾਏ ਹੁੰਦੇ ਸੀਗੇ ਬਾਕੀ ਨਹੀਂ ਖੜਨ ਨਹੀਂ ਕਿਸੇ ਨੂੰ ਦਿੱਤਾ ਜਾਂਦਾ ਹੁੰਦਾ ਸੀ ਪਰ ਹੁਣ ਥੋੜੀ ਜਿਹੀ ਸਿਕਿਉਰਿਟੀ ਰਹਿ ਗਈ ਆ ਬਾਕੀ ਸਿਕਿਉਰਿਟੀ ਹਟ ਗਈ ਆ ਤੇ ਨਾਲ ਹੀ ਸਮਾਨ ਥੱਲਾ ਵੀ ਚੱਕਣਾ ਸ਼ੁਰੂ ਹੋ ਗਿਆ ਹੁਣ ਇੱਕ ਛੋਟਾ ਜਿਹਾ ਟੈਂਪੋ ਅੰਦਰ ਗਿਆ ਸੀਗਾ ਸਮਾਨ ਕਿਉਂਕਿ ਹਮੇਮਤ ਤੌਰ ਤੇ ਸਰਕਾਰੀ ਕੋਠੀਆਂ ਦੇ ਵਿੱਚ ਸਰਕਾਰੀ ਹੁੰਦਾ ਪਰ ਦੂਜੇ ਪਾਸੇ ਦੇਖਿਆ ਜਾਵੇ ਕਈ ਨਿੱਜੀ ਸਮਾਨ ਕਿਉਂਕਿ ਵਰਤੋ ਜਾਈ ਜੀ ਹਰੇਕ ਬੰਦੇ ਦੀ ਹੁੰਦੀ ਹੈ ਜਿਵੇਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਜਿਉਂਦੇ ਆ ਤਾਂ ਆਪ ਦਾ ਥੋੜਾ ਸਮਾਨ ਜਿਹੜਾ ਲੈ ਜਾਂਦੇ ਦੂਜੇ ਪਾਸੇ ਚੱਕ ਕੇ ਜਿਹੜਾ ਰੋਜ਼ਮਰਰਾ ਚ ਕੰਮ ਆਉਂਦਾ ਤਾਂ ਉਹ ਵੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਪਲੇਟ ਹਜੇ ਲੱਗੀ ਹੋਈ ਆ ਮੁੱਖ ਮੰਤਰੀ ਪੰਜਾਬ ਪੰਜਾਬ ਦੀ ਇਹ ਉਦੋਂ ਲੱਗੀ ਸੀਗੀ ਜਦੋਂ ਕੈਬਨਿਟ ਮੰਤਰੀ ਤੋਂ ਬਾਅਦ ਹਾਲਾਂਕਿ ਇੱਕ ਲੰਬਾ ਬਰੌੜਾ ਬੋਰਡ ਲੱਗਿਆ ਹੁੰਦਾ ਸੀ ਉਹ ਤਾਂ ਹਟਾ ਲਿਆ ਗਿਆ ਹੈ ਪਰ ਇਹ ਕੋਠੀ ਚੰਨਜੀ ਚੰਨੀ ਉਹਨਾਂ ਨੇ ਨਹੀਂ ਛੱਡੀ ਤੀਏ ਕੋਠੀਆਂ ਦੀ ਵੀ ਤੁਹਾਨੂੰ ਦੱਸਾਂਗੇ ਬੜੀ ਇੱਕ ਖਾਸ ਇੰਟਰਸਟਿੰਗ ਗੱਲ ਹੈ ਕਿ ਜਦੋਂ ਜੇ ਪੁਰਾਣੇ ਜਿਹੜੇ ਮੁੱਖ ਮੰਤਰੀਆਂ ਦੀ ਵੀ ਗੱਲ ਕਰੀਏ ਤਾਂ ਜਦੋਂ ਮੁੱਖ ਮੰਤਰੀ ਬਣਦਾ ਤਾਂ ਆਪਦੇ ਹਿਸਾਬ ਦੇ ਨਾਲ ਹਰ ਇੱਕ ਬੰਦਾ ਥੋੜੀ ਬਹੁਤੀ ਚੇਂਜਿੰਗ ਕਰਾਉਂਦਾ ਖੈਰ ਸਰਕਾਰੀ ਖਜ਼ਾਨੇ ਚੋਂ ਪੈਸਾ ਲੱਗਦਾ ਕਈ ਵਾਰ ਆਮ ਲੋਕੋ ਉਹ ਬਦਲਾਵਾਂ ਨੂੰ ਆ ਜਿਹੜਾ ਕਿ ਫालतू ਬੇਫालतੂ ਵੀ ਮੰਨਦੇ ਨੇਗੇ ਪਰ ਨਾਲੋ ਨਾਲ ਦੇਖਿਆ ਜਾਵੇ ਤਾਂ ਕੋਠੀਆਂ ਦੇ ਵਿੱਚ ਹੁਣ ਇਹ ਕੋਠੀ ਆ ਜਿਹੜੀ ਇਹਦੇ ਪਿੱਛੇ ਜੀ ਤੁਸੀਂ ਦੇਖੀਏ ਤਾਂ ਬੀਬੀ ਰਜਿੰਦਰ ਕੌਰ ਪੱਠੜ ਜਦੋਂ ਮੁੱਖ ਮੰਤਰੀ ਬਣੇ ਸੀਗੇ ਕੁਝ ਸਮੇਂ ਦੇ ਲਈ ਉਹਨਾਂ ਕੋਲ ਵੀ ਇੱਕ ਕੋਠੀ ਸੀ ਉਹ ਲਗਾਤਾਰ ਚੱਲਦੀ ਆਈ ਹਾਲਾਂਕਿ ਜੇ ਦੇਖਿਆ ਜਾਵੇ ਚੇਅਰਮੈਨ ਇਸ ਮੌਜੂਦਾ ਸਰਕਾਰ ਦੇ ਉਹਨਾਂ ਨੂੰ ਲਾਇਆ ਫਿਰ ਕੋਠੀ ਦੇ ਬਕਾਇਏ ਨੂੰ ਲੈ ਕੇ ਵੀ ਕਾਫੀ ਗੱਲਾਂ ਚੱਲਦੀਆਂ ਰਹੀਆਂ ਉਹਨੂੰ ਵੀ ਸੈਟਲ ਕੀਤਾ ਗਿਆ ਹੌਲੀ ਹੌਲੀ ਤਾਂ ਹੁਣ ਇੱਕ ਛੋਟਾ ਜਿਹਾ ਟੈਂਪੋ ਵੀ ਸਮਾਨ ਲੈਣ ਵਾਸਤੇ ਚ ਉਹ ਚੱਕ ਰਹੇ ਨੇ ਕਿ ਕੀ ਆਖਰ ਖਾਲੀ ਕਰਨੀ ਸ਼ੁਰੂ ਕਰਤੀ ਰੱਖਿਆ ਹੈਗੀ ਤਾਂ ਇਹ ਨੋਰਮਲ ਪ੍ਰਕਿਆ ਪਰ ਇਹ ਖਾਸ ਉਹਦੋਂ ਹੋ ਜਾਂਦੀ ਹੈ ਕਿ ਜਦੋਂ ਇੱਕ ਬੰਦਾ ਸੀਐਮ ਤੋਂ ਬਿਲਕੁਲ ਆਮ ਖਰਚ ਨਹੀਂ ਤਾਂ ਵਿਧਾਇਕ ਵੀ ਨਹੀਂ ਰਹੇ ਕਿ ਆਮ ਬੰਦੇ ਦੀ ਇੱਕ ਸ਼੍ਰੇਣੀ ਦੇ ਵਿੱਚ ਆ ਜਾਂਦਾ ਫਿਰ ਐਕਸ ਲੱਗਣਾ ਸ਼ੁਰੂ ਹੋ ਜਾਂਦਾ ਕਿੱਥੇ ਮੌਜੂਦਾ ਹੁੰਦਾ ਕਿੱਥੇ ਫਿਰ ਐਕਸ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਹੀ ਚੀਜ਼ ਦੇ ਨਾਲ ਜੇ ਦੇ ਨਾਲ ਤੁਹਾਨੂੰ ਇੱਕ ਰਸਤਾ ਵੀ ਦਿਖਾ ਦਿੰਦੇ ਆ ਕਿਉਂਕਿ ਇਹ ਰਸਤਾ ਉਸ ਸਮੇਂ ਖੋਲਿਆ ਗਿਆ ਸੀ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਨੇ ਠੀਕ ਦੂਜੇ ਪਾਸੇ ਨੂੰ ਜੇ ਜਾਈਏ ਤਾਂ ਦੂਜੇ ਪਾਸਾ ਜਿਹੜਾ ਹੈਗਾ ਆ ਜੋ ਜਿਵੇਂ ਹੁਣ ਕੈਮਰਾਮੈਨ ਫਿਰਦਾ ਖੈਰ ਉਹ ਤੋਂ ਆਇ ਨਹੀਂ ਸੀਗਾ ਫਿਰ ਦਿੱਤਾ ਜਾਂਦਾ ਹੁੰਦਾ ਅੱਗੇ ਟੱਪਣ ਵੀ ਨਹੀਂ ਸੀ ਦਿੰਦੇ ਦੂਜੇ ਪਾਸੇ ਨੂੰ ਪਰ ਹੁਣ ਕਿਉਂਕਿ ਪੋਜੀਸ਼ਨਾਂ ਹੋ ਰਹੀ ਨਹੀਂ ਰਹੀਆਂ ਹੈਗੀਆਂ ਹਾਲਾਂਕਿ ਹਜੇ ਸੀਐਮ ਨੇ ਵੀ ਆ ਕੇ ਕੋਈ ਸਰਕਾਰੀ ਕੋਠੀ ਨਹੀਂ ਸੰਭੀ ਹੈਗੀ ਤਾਂ ਦੂਜੇ ਪਾਸੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਡਿਪਟੀ ਸੀਐਮ ਓਪੀ ਸੋਨੀ ਦੀ ਕੋਠੀ ਸੀ ਫਿਰ ਜਦੋਂ ਸੀਐਮ ਹੌਸਟ ਜਾਣਾ ਹੁੰਦਾ ਸੀਗਾ ਤਾਂ ਇੱਥੋਂ ਤੱਕ ਜਿਹੜਾ ਕਾਫਲਾ ਹੈਗਾ ਉਹ ਇਹੀ ਇਹੀ ਰਸਤੇ ਜਾਂਦੇ ਹੋਏ ਕਿਉਂਕਿ ਸੀਐਮ ਪ੍ਰੋਟੋਕੋਲ ਕੀਗਾ ਸੁਰੱਖਿਆ ਦੇ ਨਜ਼ਰ ਪੁਲਿਸ ਨੂੰ ਕਾਫੀ ਧਿਆਨ ਰੱਖਣਾ ਪੈਂਦਾ ਇਹ ਚੀਜ਼ਾਂ ਦੇ ਵਿੱਚ ਕਿੱਥੋਂ ਦੀ ਕੋਈ ਜਾਊਗਾ ਕਰੂਗਾ ਤਾਂ ਇਸ ਰਸਤੇ ਵਿੱਚ ਦੀ ਜਿਹੜਾ ਕਾਫਲਾ ਹੈਗਾ ਸੀਐਮ ਚੰਨੀ ਦਾ ਲੰਘਦਾ ਹੁੰਦਾ ਸੀਗਾ ਮੋਸਟਲੀ ਤੌਰ ਤੇ ਫਿਰ ਉਹ ਸੀਐਮ ਕੋਠੀ ਵਿੱਚ ਦੀ ਹੁੰਦਾ ਸਿੱਧਾ ਹੈਲੀਪੈਡ ਨੂੰ ਹੋ ਜਾਂਦਾ ਸੀ ਪਰ ਹੁਣ ਹੌਲੀ ਹੌਲੀ ਸਥਿਤੀਆਂ ਬਦਲਣ ਲੱਗੀਆਂ ਨੇ ਹੁਣ ਦੇਖਿਆ ਜਾਵੇ ਤਾਂ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਹੁਣ ਮੈਕਸਿਮਮ ਕੋਠੀਆਂ ਖਾਲੀ ਹੋ ਚੁੱਕੀਆਂ ਨੇ ਸੁੰਨੀਆਂ ਹੋ ਚੁੱਕੀਆਂ ਹੌਲੀ ਹੌਲੀ ਦੀ ਖਾਣੀ ਤੁਹਾਨੂੰ ਮੈਂ ਸੁਣਾ ਰਿਹਾ ਵੀ ਇਹ ਕੋਠੀਆਂ ਤੁਸੀਂ ਦੇਖੋ ਕਿ ਕੋਈ ਬੰਦੇ ਕਿਸ ਚੀਜ਼ਾਂ ਨੂੰ ਸ਼ੁਭ ਮੰਨਦੇ ਨੇ ਤਾਂ ਕੋਠੀਆਂ ਦੇ ਜਿਹੜੀਆਂ ਦੇ ਲੀਡਰ ਉਹਨਾਂ ਨੂੰ ਹੁੰਦਾ ਵੀ ਇਹ ਕੋਠੀ ਦੇ ਨਾਲ ਉਹਨਾਂ ਦੇ ਭਾਗ ਜੁੜੇ ਨੇ ਤਾਂ ਉਹ ਕੋਠੀਆਂ ਹੌਲੀ-ਹੌਲੀ ਬਦਲੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਹਾ 게ਟ ਖੁੱਲੇ ਨੇਗੇ ਤਾਂ ਤੁਸੀਂ ਦੇਖੋ ਹੁਣ ਇੱਕ ਆਹ ਟਰੈਂਪੋ ਹੈ ਜਿਹੜਾ ਇਹ ਜਾਂਦਾ ਹੋਇਆ ਦਿਖ ਰਿਹਾ ਕਿਉਂਕਿ ਜਿਹੜਾ ਜਿਹੜਾ ਸਮਾਨ ਜਿਸ ਤਰ੍ਹਾਂ ਦਾ ਨਾਲ ਥੋੜਾ-ਥੋੜਾ ਇਕੱਠਾ ਹੁੰਦਾ ਹਾਲਾਂਕਿ ਚੰਜੀਤ ਸਿੰਘ ਚੰਨੀ ਦੀ ਪਲੇਟ ਦੇ ਨਾਲ ਮੁੱਖ ਮੰਤਰੀ ਪੰਜਾਬ ਅੱਜ ਵੀ ਲੱਗਿਆ ਹੋਇਆ ਹੈ ਹੋਗੇ ਹੌਲੀ-ਹੌਲੀ ਹੁਣ ਐਕਸ ਹੋ ਜਾਊਗਾ ਪਰ ਜਿੰਨਾਂ ਕ ਵੀ ਸਮਾਨ ਜੇ ਛੱਲਾ ਕਹੀਏ ਕਿ ਹੌਲੀ-ਹੌਲੀ ਜਿਹੜਾ ਕਿ ਸ਼ਿਫਟ ਹੁੰਦਾ ਨਜ਼ਰ ਆ ਰਿਹਾ ਤੇ ਨਾਲ-ਨਾਲ ਸਮਾਨ ਦੀਆਂ ਚੀਜ਼ਾਂ ਨੇ ਜਿਹੜੀਆਂ ਪ ਜਿਹੜਾ ਸਟਾਫ ਦਾ ਸਮਾਨ ਸੀਗਾ ਵਿਚ ਲਾਲੋ ਵੰਜੇ ਬਿਸਤਰੇ ਹੋ ਰਹੇ ਜੀਆਂ ਚੀਜ਼ਾਂ ਜਾਰੀਆਂ ਨੇ ਰਜਿੰਦਰ ਕੌਰ ਪੱਠਣ ਦੇ ਕੋਲ ਅੱਜ ਵੀ ਉਹ ਕੋਠੀ ਹੈਗੀ ਆ ਹਾਲਾਂਕਿ ਉਹ ਚੇਅਰਮੈਨ ਵੀ ਉਹਨਾਂ ਨੂੰ ਲਾਤਾ ਸੀ ਰੈਂਕ ਦੇਤਾ ਸੀਗਾ ਫਿਰ ਹੁਣ ਮੁੱਖ ਮੰਤਰੀ ਆ ਵਾਲੀ ਕੋਠੀ ਉਹ ਵੀ ਛੋਟੂ ਵਿਧਾਇਕਾਲੀ ਵੀ ਜੇ ਕਿਹਾ ਜਾਵੇ ਨਹੀਂ ਹੁਣ ਸ਼ਰੇਣੀ ਰਹੀ ਆਰਡਰ ਵੀ ਆ ਗਿਆ ਕਿ ਸਾਰਿਆਂ ਦੀ ਸਕਿਉਰਿਟੀਆਂ ਵਿਡਰਾਅ ਕਰ ਲਓ ਆਰਡਰਾਂ ਦੀ ਕਾਪੀ ਸਾਰੇ ਕਿਤੇ ਜਾ ਚੁੱਕੀ ਹੈ ਵੀ ਸਾਰੀ ਸਾਰ ਇ ਸਕਿਉਰਿਟੀ ਵਾਪਸ ਲਾ ਲਓ ਕਿਸੇ ਕੋਲ 13 ਸੀ ਕਿਸੇ ਕੋਲ 18 ਸੀ ਕਿਸੇ ਕੋਲ 19 ਸੀ ਤਾਂ ਉਹਦੇ ਨਾਲ ਹੀ ਹੁਣ ਦੇਖਿਆ ਜਾਵੇ ਤਾਂ ਇਹ ਜਿਹੜੇ ਰਸਤੇ ਨੇ ਉਹ ਵੀ ਹੌਲੀ ਹੌਲੀ ਬਦਲਦੇ ਹੋਏ ਤੇ ਬਦਲਦੇ ਹੋਏ ਦਿਖਾਈ ਦਿੰਦੇ ਨੇ ਖੈਰ ਬਹੁਤ ਸਰਕਾਰਾਂ ਜੇ ਕਹੀਏ ਕਿ ਬਦਲੀਆਂ ਪਹਿਲਾਂ ਅਕਾਲੀ ਦਲ ਦੀ ਵੀ ਸਰਕਾਰ ਰਹੀ ਤਾਂ ਬੀਬੀ ਰਜਿੰਦਰ ਕੌਰ ਪਠੋਲੜੀ ਕੋਠੀ ਬਰਕਰਾਰ ਰਹੀ ਵਿਵਾਦ ਕਈ ਵਾਰੀ ਉੱਠਦੇ ਰਹੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਹੁਣ ਉਹ ਕੋਠੀ ਖਾਲੀ ਹੋਊਗੀ ਕਿਉਂਕਿ ਇਸ ਵਾਰ ਜੇ ਦੇਖਿਆ ਜਾ ਸਰਕਾਰਾਂ ਪੁਰਾਣੀਆਂ ਪਾਰਟੀਆਂ ਤੋਂ ਹਟ ਕੇ ਆਮ ਆਦਮੀ ਪਾਰਟੀ ਦੀ ਆਈ ਹੈ ਉਹ ਕਹਿੰਦੇ ਨੇ ਅਸੀਂ ਉਹ ਸਾਰੀਆਂ ਚੀਜ਼ਾਂ ਬਦਲ ਦਾਂਗੇ ਜਿਹੜੀ ਪੁਰਾਣੀਆਂ ਪਾਰਟੀਆਂ ਕਰਦੀਆਂ ਰਹੀਆਂ ਨੇ ਕਿਉਂਕਿ ਲੋਕਾਂ ਨੂੰ ਉਹ ਚੀਜ਼ਾਂ ਪਸੰਦ ਨਹੀਂ ਆਈਆਂ ਤਾਂ ਕਿ ਕੋਠੀ ਉਹ ਵੀ ਖਾਲੀ ਹੋਊਗੀ ਤੇ ਦੂਜੇ ਪਾਸੇ ਆਪਦੀਆਂ ਇਹ ਜਿਹੜੀਆਂ ਕੋਠੀਆਂ ਰਹਿਸ਼ਾਂ ਸੀਆਂ ਚੰਜੀ ਚੰਨੀ ਜਾ ਬਾਕੀ ਲੀਡਰ ਸਹਿਬਾਨ ਲਾਲੋ ਮਨਪ੍ਰੀਤ ਬਾਦਲ ਦੀ ਕੋਠੀ ਤੇ ਉਹਨਾਂ ਦੇ ਨੇਮ ਪਲੇਟ ਲੱਗੀ ਹੋਈ ਆ ਤੇ ਟਾਮਾ ਟਾਮਾ ਕਿਸੇ ਦਾ ਹੋਣਾ ਜਾਣਾ ਵੀ ਹੈਗਾ ਤਾਂ ਉਹ ਚੀਜ਼ਾਂ ਕੀ ਖਤਮ ਹੋਣਗੀਆਂ ਹੁਣ ਤੁਹਾਨੂੰ ਬੀਬੀ ਰਜਿੰਦਰ ਕੌਰ ਪੱਠਲ ਦੀ ਕੋਠੀ ਵੀ ਦਿਖਾਵਾਂਗੇ ਉਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਦਿਖਾ ਦੰਨੇ ਆ ਉਹ ਕੋਠੀ ਦੇ ਵਿੱਚੋਂ ਹਾਲਾਂਕਿ ਸਮਾਨ ਹੌਲੀ ਹੌਲੀ ਪਹਿਲਾਂ ਹੀ ਸ਼ਿਫਟ ਹੋਣਾ ਸ਼ੁਰੂ ਹੋ ਚੁੱਕਿਆ ਸੀਗਾ ਤੇ ਉਹ ਬਦਲਾ ਸ਼ੁਰੂ ਹੋ ਚੁੱਕਿਆ ਹੈ ਹਾਲਾਕੀ ਖਜ਼ਾਨੇ ਖਾਲੀ ਦੀ ਗੱਲਾ ਮਨਪ੍ਰੀਤ ਬਦਲ ਕਹਦੇ ਹੁੰਦੇ ਸੀ ਕਿ ਖੈਰ ਇਸ ਵਾਰ ਜੇ ਦੇਖਿਆ ਜਾਵੇ ਵੋਟਾਂ ਦਾ ਖਜ਼ਾਨਾ ਉਹਨਾਂ ਦਾ ਵੀ ਖਾਲੀ ਰਹਿ ਗਿਆ ਤੇ ਨਾਲ ਨਹੀਂ ਜਿੱਤ ਪਾਏ ਤੇ ਨੇਮਪਲੇਟ ਹਾਲਾਂਕਿ ਹਜੇ ਵੀ ਲੱਗੀ ਹੋਈ ਆ ਸਮਾਨ ਥੋੜਾ ਥੋੜਾ ਪਹਿਲਾਂ ਸ਼ਿਫਟ ਹੋ ਚੁੱਕਿਆ ਕਿਉਂਕਿ ਜ਼ਿਆਦੇ ਚੋਰੀ ਦੀਆਂ ਚੀਜ਼ਾਂ ਥੀਆਂ ਜਿਹੜੀਆਂ ਉਹ ਹੌਲੀ ਹੌਲੀ ਜਿਵੇਂ ਤੁਹਾਨੂੰ ਦੱਸਿਆ ਕਿਉਂਕਿ ਮਨਪ੍ਰੀਤ ਬਦਲ ਦੀ ਆਪਦੀ ਕੋਠੀ ਵੀ ਜੇ ਕਹੀਏ ਪਿੱਛੇ ਹੈਗੀ ਆ ਤਾਂ ਉਹਦੇ ਕਰਕੇ ਉਹਨਾਂ ਨੇ ਕੋਈ ਜ਼ਿਆਦਾ ਕਿਉਂਕਿ ਮਨਪ੍ਰੀਤ ਬਦਲ ਜਾਨੀ ਬੜੇ ਸਾਦੇ ਜਿਹੇ ਅੰਦਾਜ਼ ਲਈ ਜਾਣੇ ਜਾਂਦੇ ਸੀ ਤਾਂ ਸਾਦਾ ਅੰਦਾਜ਼ ਹੀ ਉਹਨਾਂ ਦਾ ਰਿ ਸਮਾਨ ਵਗੈਰਾ ਸ਼ਿਫਟ ਨਹੀਂ ਸੀਗਾ ਕੀਤਾ ਤੇ ਇਹ ਸਿਰਫ ਉਹਨਾਂ ਦੀ ਜੇ ਕਿਹਾ ਜਾਵੇ ਜਦੋਂ ਦਫ਼ਤਰੀ ਕੰਮਕਾਜ ਕਰਦੇ ਸੀ ਉਦੋਂ ਆਪ ਹੀ ਕਦੇ ਪੈਦਲ ਤੁਰ ਕੇ ਦੀ ਜਾਂ ਫਿਰ ਕਦੇ ਜੀਪ ਲੈ ਕੇ ਇੱਥੇ ਆ ਜਾਂਦੇ ਸੀਗੇ ਤਾਂ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਵਾਂਗੇ ਬੀਬੀ ਰਜਿੰਦਰ ਕੌਰ ਪਟਲ ਦੀ ਵੀ ਕੋਠੀ ਜਿਹੜੀ ਉਸ ਕੋਠੀ ਨੂੰ ਲੈ ਕੇ ਹਾਲਾਂਕਿ ਕਈ ਵਾਰੀ ਗੱਲਾਂ ਬਾਤਾਂ ਆਵਾਜ਼ ਵਿਵਾਦ ਰਹੇ ਨੇ ਤਾਂ ਉਸ ਕੋਠੀ ਦੇ ਵੀ ਤੁਹਾਨੂੰ ਦਿਖਾ ਦਨੇ ਆ ਕੋਠੀਆ ਦੀ ਕਹਾਣੀ ਜਿਵੇਂ ਤੁਹਾਨੂੰ ਦੱਸਿਆ ਕਿ ਚੰਜੀ ਚੰਨੀ ਨੇ ਆਪਦੀ ਕੈਬਨਿਟ ਮੰਤਰੀ ਵਾਲੀ ਨਹੀਂ ਸੀ ਛੱਡੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਤਰ੍ਹਾਂ ਕਿਤੇ ਕਿਤੇ ਕਿ ਕਈ ਚੀਜ਼ਾਂ ਸ਼ੋਅ ਹੁੰਦੀਆਂ ਨੇਗੀਆਂ ਜਾਂ ਫਿਰ ਵੈਸੇ ਵੀ ਕਈ ਵਾਰ ਬੰਦੇ ਜਦੋਂ ਐਡਜਸਟਮੈਂਟ ਉੱਥੇ ਹੁੰਦੀ ਆ ਤਾਂ ਉਹ ਚੀਜ਼ ਹੌਲੀ-ਹੌਲੀ ਨਹੀਂ ਬੰਦਾ ਬਦਲਣਾ ਚਾਹੁੰਦਾ ਤੇ ਇਹ ਕੋਠੀ ਨੰਬਰ 8 ਜਿਹੜੀ ਕਿ ਚਰਚਾ ਲਗਾਤਾਰ ਕਰ ਰਹੇ ਸੀ ਤੁਹਾਨੂੰ ਦਿਖਾ ਰਹੇ ਸੀਗੇ ਉਦੋਂ ਬਾਕੀ ਚੰਨਜੀ ਚੰਨੀ ਦੀ ਕੋਠੀ ਮਨਪ੍ਰੀਤ ਬਾਦਲ ਦੀ ਤਾਂ ਉਸ ਤੋਂ ਬਾਅਦ ਇਹ ਆ ਬੀਬੀ ਰਜਿੰਦਰ ਕੌਰ ਪੱਠਲ ਦੀ ਕੋਠੀ ਜਦੋਂ ਚੀਫ ਮਿਨਿਸਟਰ ਬੀਬੀ ਰਜਿੰਦਰ ਕੌਰ ਪੱਠਲ ਬਣਦੇ ਨੇ ਤਾਂ ਉਦੋਂ ਇਹ ਕੋਠੀ ਦੇ ਵਿੱਚ ਸੀਗੇ ਉਹ ਤੇ ਨਾਲ ਹੀ ਉਦੋਂ ਤੋਂ ਬਾਅਦ ਐਕਸ ਚੀਫ ਮਿਨਿਸਟਰ ਵੀ ਲੱਗ ਕੋਠੀ ਨੂੰ ਲੈ ਕੇ ਚਾਹੇ ਕੋਠੀ ਦੇ ਬਕਾਇਏ ਨੂੰ ਲੈ ਕੇ ਕਈ ਦਮਾਰਾ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹੋਏ ਦਿਖੇ ਹਾਲਾਂਕਿ ਵੀ ਵੀ ਰਜਿੰਦਰ ਕੌਰ ਭੱਟਰ ਕੋਲੇ ਇਹ ਕੋਠੀ ਲਗਾਤਾਰ ਬਣੀ ਰਹੀ ਹੁਣ ਤੋਂ ਕੁਝ ਦਿਨ ਪਹਿਲਾਂ ਵੀ ਅਸੀਂ ਇੱਕ ਇੰਟਰਵਿਊ ਕਰਨ ਵੇ ਵੀ ਰਜਿੰਦਰ ਕੌਰ ਭੱਟਰ ਕੋਲ ਆਉਨੇ ਆ ਤਾਂ ਇੱਥੇ ਉਹ ਮਿਲਦੇ ਨੇ ਇੱਥੇ ਲਗਾਤਾਰ ਹੋ ਰਹੇ ਰਹਿੰਦੇ ਰਹੇ ਨੇਗੇ ਤੇ ਕੋਠੀ ਜੇ ਕਿਹਾ ਜਾਵੇ ਜੇ ਉਹ ਕਹ ਲੋ ਆਮ ਲੋਕਾਂ ਦੇ ਮੈਨੇਚਾ ਉਹਨਾਂ ਨੇ ਕੋਠੀ ਛੱਡੀ ਨਹੀਂ ਜਾਂ ਕਹੀਏ ਕਿ ਕੋਠੀ ਉਹਨਾਂ ਦੇ ਕੋਲ ਹੀ ਰਹੀ ਅੱਗੇ ਤੋਂ ਅੱਗੇ ਅਲਾਟਮੈਂਟ ਕਿਸ ਤਰ੍ਹਾਂ ਦੇ ਨਾਲ ਹੁੰਦੀ ਰਹੀ ਤੇ ਨਾਲ ਹੀ ਅ ਦੇਖਿਆ ਜਾਵੇ ਤਾਂ ਹਾਲਾਂਕਿ ਮੌਜੂਦਾ ਸਰਕਾਰ ਦੇ ਵਿੱਚ ਉਹ ਜਿੱਤੇ ਹੋਏ ਤਾਂ ਨਹੀਂ ਸੀ ਵਿਧਾਇਕ ਪਰ ਉਹਨਾਂ ਨੂੰ ਫਿਰ ਵੀ ਇੱਕ ਚੇਅਰਪਰਸਨ ਦਾ ਉਹਦਾ ਦੇ ਕੇ ਆ ਜਿਹੜਾ ਉਹਨਾਂ ਨੂੰ ਨਵਾਜਿਆ ਗਿਆ ਸੀਗਾ ਕਿਉਂਕਿ ਸਿਆਸਤ ਦੇ ਵਿੱਚ ਕਈ ਵਾਰ ਚੀਜ਼ਾਂ ਇਹ ਹੁੰਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ 13 ਦਾ ਅੰਕੜਾ ਵੀ ਰਜਿੰਦਰ ਕੋਰ ਪੁੱਠਾ ਦਾ ਪਹਿਲੇ ਦਿਨੋਂ ਚੱਲਦਾ ਰਿਹਾ ਕਈ ਵਾਰੀ ਨੇੜੇ ਵੀ ਦਿਖਾਈ ਦਿੱਤੇ ਪਰ ਅੰਕੜਾ ਲਗਾਤਾਰ ਚੱਲਦਾ ਰਿਹਾ ਪਰ ਇਹ ਕੋਠੀ ਹਾਲਾਂਕਿ ਉਹਨਾਂ ਕੋਲ ਨਹੀਂ ਖੁਸ਼ੀ ਪਰ ਹੁਣ ਸੱਤਾ ਪਰਿਵਰਤਨ ਹੋਇਆ ਹੈ ਸਿਆਸਤ ਆਮਦਵੀ ਪਾਰਟੀ ਦੀ ਕਿਸੇ ਨੇ ਹਜੇ ਦੇਖੀ ਨਹੀਂ ਕਾਂਗਰਸ ਅਤੇ ਕਾਲੀ ਦਲ ਦੀ ਜ਼ਰੂਰ ਦੇਖੀ ਆ ਆਵਾਦਮੀ ਪਾਰਟੀ ਦੀ ਪੰਜਾਬ 'ਚ ਗੱਲ ਕਰ ਰਹੇ ਆ ਭਾਵੇਂ ਦਿੱਲੀ 'ਚ ਦੇਖ ਚੁੱਕੇ ਨੇ ਪਰ ਹੁਣ ਇਹ ਸਿਆਸਤ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਕੋਠੀਆਂ ਆ ਕਿੰਨੀਆਂ ਇੱਕ ਬਰਕਰਾਰ ਰਹਿਣਗੀਆਂ ਤਾਂ ਉਹ ਦੇਖਣਾ ਹੋ ਤੇ ਬੀਬੀ ਰਜਿੰਦਰ ਕੌਰ ਪਠੜਾ ਵਾਲੀ ਕੋਠੀ ਕਿਸਪਰੀ ਖੁਸ਼ਦੀ ਹੋਈ ਦਿਖਾਈ ਦੇਊਗੀ ਸਵਾਲ ਹੈ ਪਰ ਨਾਲੋਂ ਨਾਲ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਸਾਰੀ ਸਿਕਿਉਰਟੀਆਂ ਵਿਡਰਾਅ ਕਰਨ ਦੇ ਆਡਰ ਆਏ ਨੇ ਕਿ ਕਿਸੇ ਕੋਲ 1 ਕਿਸੇ ਕਿਸੇ ਕੋਲ 2 ਕਿਸੇ ਕੋਲ 14 ਤੇ ਕਿਸੇ ਕੋਲ 13 ਤਾਂ ਉਹ ਵੀ ਨਜ਼ਰੀਆ ਹੁਣ ਆਉਂਦੇ ਦਿਨਾਂ ਦੇ ਵਿੱਚ ਬਦਲਦਾ ਦਿਖਾਈ ਦੇ ਰਿਹਾ ਤੇ ਆਵਾਦਮੀ ਪਾਰਟੀ ਨੇ ਸਪਸ਼ਟ ਤੌਰ ਤੇ ਕਿਹਾ ਵੀਆਈਪੀ ਕਲਚਰ ਨਹੀਂ ਰੱਖਾਂਗੇ ਤੇ ਨਾਲ ਹੀ ਲੋਕਾਂ ਦੇ ਨਾਲ ਚੰਗਾ ਵਤੀ ਮਾਹੌਲ ਪੈਦਾ ਕਰਕੇ ਚੰਗਾ ਪ੍ਰਸ਼ਾਸਨਿਕ ਸਿਸਟਮ ਅਸੀਂ ਦਵਾਗੇ ਉਹ ਵਾਅਦਾ ਜਰੂਰ ਕਰਿਆ ਪਰ ਇੰਨਾ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਇਹ ਕੋਠੀ ਵੀ ਕੀ ਹਜੇ ਵੀ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੂਗੀ ਜਾਂ ਫਿਰ ਉਹਰੇ ਹੁਣ ਮੰਤਰੀ ਸੰਤਰੀ ਬਦਲਦੇ ਹੋਏ ਦਿਖਾਈ ਦੇਣਗੇ ਜਿਵੇਂ ਕਿ ਸੱਤਾ ਪਰਿਵਰਤਨ ਹੋ ਚੁੱਕਿਆ ਹੈ ਕਈ ਸੱਤਾਵਾਂ ਪਰਿਵਰਤਨ ਤੋਂ ਬਾਅਦ ਇਹ ਕੋਠੀ ਨਹੀਂ ਸੀ ਕਿ ਬਦਲੀ ਇਸ ਕਰਕੇ ਇਸ ਕੋਠੀ ਦੀ ਵੀ ਗੱਲ ਕੀਤੀ ਆ ਸੀਨੀਅਰ ਵੀਡੀਓ ਨਲਿਸਟ ਕਮਲਦੇਵ ਰਾਜ ਸਵੇਤ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ